ਭਾਰਤੀ ਹੋਣ ਦੇ ਨਾਤੇ ਮੈਨੂੰ ਮਾਣ ਹੈ ਕਿ ਮੈਂ ਭਾਰਤ ਦੀ ਧਰਤੀ ਦੇ ਉੱਤੇ ਜੰਮਿਆ ਪੜਿਆ ਜਵਾਨ ਹੋਇਆ ਅਤੇ ਭਾਰਤ ਦੀ ਧਰਤੀ ਉੱਤੇ ਮੈਂ ਕੰਮ ਕਰਦਾ ਵਿਚਰਦਾ ਵਾਂ। ਭਾਰਤੀ ਹੋਣ ਦਾ ਮੈਨੂੰ ਮਾਣ ਇਸ ਕਰਕੇ ਵੀ ਹੈ ਕਿ ਅਸੀਂ ਇੱਕ ਸੰਘਰਸ਼ਸ਼ੀਲ ਇਤਿਹਾਸ ਦੇ ਨਾਲ ਜੁੜੇ ਹੋਏ ਹਾਂ। ਜਿਹੜੇ ਸੁਪਨੇ ਸਾਡੇ ਸ਼ਹੀਦਾਂ ਨੇ ਵੇਖੇ ਸੀਗੇ ਉਹ ਸੁਪਨੇ ਅਜੇ ਪੂਰੇ ਨਹੀਂ ਹੋਏ। ਹਾਲੇ ਤਾਂ ਮੇਰੇ ਸੁਪਨੇ ਪੂਰੇ ਹੋਣੇ ਬਾਕੀ ਨੇ, ਪਰ ਮੇਰਾ ਖਿਆਲ ਹੈ ਕਿ ਸਾਨੂੰ ਅਸੀਂ ਜਿਹੜੇ ਭਾਰਤੀ ਹੋਣ ਦੇ ਨਾਤੇ ਹਮੇਸ਼ਾ ਉਮੀਦ ਰੱਖਦੇ ਹਾਂ, ਚੰਗੇ ਕੰਮ ਦੀ ਉਮੀਦ ਰੱਖਦੇ ਹਾਂ ਅਤੇ ਇਹ ਵੀ ਉਮੀਦ ਕਰਦੇ ਹਾਂ ਕਿ ਉਹ ਸੁਪਨੇ ਜਿਹੜੇ ਆ ਉਹ ਜ਼ਰੂਰ ਸਾਡੇ ਪੂਰੇ ਹੋਣਗੇ। ਭਾਰਤੀ ਹੋਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ ਔਰ ਮੈਂ ਹਮੇਸ਼ਾ ਚਾਹਾਂਗਾ ਕਿ ਹਰ ਜਨਮ ਦੇ ਵਿੱਚ ਮੈਂ ਭਾਰਤੀ ਹੋਵਾਂ।